एक बुधवार सवेरे 2:30 बजे इन्हां दा पेट बहुत ज्यादा खराब हो गया सी और ये एक घंटे के 20 बार टॉयलेट गए थे और इन्होंने मेडिसिन ली पर इन्होंने कोई फर्क नहीं पै रहा। फिर 5 बजे इन्होंने हॉस्पिटल में एडमिट कराया और इन्होंने हॉस्पिटल के प्रभु के दासा को प्रार्थना कराई और शाम को 6 बजे इन्होंने हॉस्पिटल में छुट्टी मिल गई और प्रभु ने इन्होंने पेट की प्रॉब्लम से छूके शिफा दी। इस दवाई की प्रभु का धन्यवाद करते हैं। आमीन।
ਤੇ ਫਿਰ ਪ੍ਰਭੂ ਦੇ ਦਾਸਾਂ ਕੋਲ ਪ੍ਰੇਅ ਕਰਵਾਈ, ਠੀਕ ਹੋ ਗਿਆ। ਸਵੇਰੇ ਰਿਪੋਰਟ ਕਰਵਾਈ ਤੇ ਉਹਨਾਂ ਰਿਪੋਰਟ ਦੇ ਵਿੱਚ ਆਇਆ ਕਿ ਬਹੁਤ ਜ਼ਿਆਦਾ ਕਰੋਨਾ ਦੀ ਪ੍ਰੋਬਲਮ ਹੈਗੀ ਆ। ਤੇ ਮੰਮੀ ਤੇ ਡਰ ਗਏ, ਮੈਂ ਉਸ ਸਮੇਂ ਡਿਊਟੀ ਤੇ ਸੀ ਤੇ ਮੈਨੂੰ ਮੰਮਾ ਕਹਿੰਦੇ ਕਿ ਤੂੰ ਵਾਪਸ ਆ ਜਾ, ਅਸੀਂ ਐਕਸਰਾ ਕਰਵਾਉਂਦੇ ਨਾ, ਟੈਸਟ ਦੇ ਵਿੱਚ ਕੋਵਿਡ ਆਇਆ ਵਾ। ਤੇ ਮੈਂ ਕਿਹਾ ਉਹ ਕੋਈ ਨਹੀਂ, ਮਤਲਬ ਮੈਂ ਬਿਲਕੁਲ ਵੀ ਦੁਖੀ ਨਹੀਂ ਹੋਈ। ਮੈਂ ਕਿਹਾ ਪ੍ਰਭੂ ਜੀ ਦਾ ਧੰਨਵਾਦ ਆ। ਤੇ ਮੈਂ ਇਸ ਬਿਮਾਰੀ ਵਾਸਤੇ ਪ੍ਰਭੂ ਦਾ ਥੈਂਕਸ ਕੀਤਾ। ਮੈਂ ਡਰੀ ਨਹੀਂ, ਮੈਂ ਘਬਰਾਈ ਨਹੀਂ, ਕਿਉਂਕਿ ਮੈਨੂੰ ਪਤਾ ਹੈ ਕਿ ਪ੍ਰਭੂ ਵੱਡੇ ਵੱਡੇ ਪਹਾੜਾਂ ਨੂੰ ਹਟਾਉਣ ਦੀ ਸਮਰੱਥ ਰੱਖਦਾ। ਜਿਹੜੇ ਪਰਮੇਸ਼ੁਰ ਨੇ ਮੇਰੇ ਪਾਪਾ ਨੂੰ ਨਵੀਂ ਜ਼ਿੰਦਗੀ ਦਿੱਤੀ ਕਿ ਜਿਨ੍ਹਾਂ ਦੀ ਡੈਥ ਹੋ ਚੁੱਕੀ ਸੀ, ਅਤੇ ਪ੍ਰਭੂ ਨੇ ਉਹਨਾਂ ਨੂੰ ਜਵਾਇਆ ਤੇ ਕੁਛ ਵੀ ਨਹੀਂ ਹੈ। ਮੈਨੂੰ ਬਿਲਕੁਲ ਵਿਸ਼ਵਾਸ ਨਹੀਂ ਸੀ ਕਿ ਕੋਵਿਡ ਆ, ਅਤੇ ਮੈਂ ਅੱਜ ਵੀ ਨਹੀਂ ਵਿਸ਼ਵਾਸ ਕਰਦੀ। ਮੈਨੂੰ ਪਹਿਲੇ ਵੀ ਨਹੀਂ ਸੀ, ਕਿਉਂਕਿ ਮੇਰਾ ਪਰਮੇਸ਼ੁਰ ਬਹੁਤ ਮਹਾਨ ਆ। ਤਨ ਵਿੱਚ ਗੁਰਦ ਵਿੱਚ ਇਸੇ ਤਰ੍ਹਾਂ ਲਿਖਿਆ, ਤੇਰੇ ਮੁੱਢ ਹਜ਼ਾਰ ਅਤੇ ਤੇਰੇ ਸੱਜੇ 10,000 ਡਿੱਗੇ, ਪਰ ਉਹ ਤੇਰੇ ਨੇੜੇ ਨਾ ਆਉਣਗੇ। ਅਤੇ ਮੈਨੂੰ ਵਿਸ਼ਵਾਸ ਨਹੀਂ, ਮੈਂ ਪਹਿਲੇ ਵੀ ਮੈਂ ਕਦੀ ਵੀ ਕੋਈ ਆਪਣਾ ਉਹ ਨਹੀਂ ਕੀਤਾ ਹੈਗਾ ਕਿ ਇਹਦੇ ਲਾਗੇ ਨਹੀਂ ਜਾਣਾ। ਮੰਮੀ ਨੇ ਸਗੋਂ ਬਾਰ ਬਾਰ ਸੈਨੀਟਾਈਜ਼ਰ ਕਰਨਾ, ਮਾਸਕ ਲਗਾਉਣਾ, ਮੈਨੂੰ ਮਨਾ ਕਰਨਾ। ਮੈਂ ਕਿਹਾ ਮਾਸਕ ਨਹੀਂ ਲਗਾਉਣਾ, ਅਤੇ ਲਗਾਤਾਰ ਟ੍ਰੇਨ ਕਰਦੇ ਰਹੇ। ਮੈਂ ਕੋਈ ਸੈਨੀਟਾਈਜ਼ਰ ਨਹੀਂ ਕੀਤਾ, ਮੈਂ ਇਹਦੇ ਲਾਗੇ ਬੈਠੀ। ਮੈਨੂੰ ਵਿਸ਼ਵਾਸ ਹੀ ਮੇਰੇ ਨਾਲ ਪ੍ਰਭੂ ਦੇ ਜਿਹੜੇ ਏਂਜਲਸ ਆ ਉਹ ਹਮੇਸ਼ਾ ਮੇਰੀ ਮਦਦ ਕਰਦੇ ਆ। ਮੈਨੂੰ ਇੰਨਾ ਵੀ ਵਿਸ਼ਵਾਸ ਨਹੀਂ ਹੈਗਾ ਸੀ ਕਿ ਇਹਨੂੰ ਕੋਈ ਵੀ ਪ੍ਰੋਬਲਮ ਆ, ਅਤੇ ਲਗਾਤਾਰ ਪ੍ਰਭੂ ਦੇ ਦਾਸ ਕੋਲ ਪ੍ਰੇਅਰ ਕਰਵਾਈ। ਉਸ ਤੋਂ ਬਾਅਦ ਡਾਕਟਰ ਨੇ ਇਹਨਾਂ ਨੂੰ 5 ਦਿਨ ਦੀ ਮੈਡੀਸਨ ਦਿੱਤੀ। ਮੈਂ ਇਸ ਅਗਵਾਈ ਬਹੁਤ ਹੀ ਸਪੈਸ਼ਲ ਹੈ, ਇਸ ਵਾਸਤੇ ਮੈਂ ਥੋੜ੍ਹਾ ਜਿਹਾ ਟਾਈਮ ਲਵਾਂਗੀ। ਅਤੇ ਡਾਕਟਰ ਨੇ 5 ਦਿਨ ਦੀ ਮੈਡੀਸਨ ਦਿੱਤੀ ਅਤੇ ਮੰਮੀ ਨੂੰ ਨਹੀਂ ਸੀ ਦੱਸਿਆ ਕਿ ਇਹਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ। ਉਹਦਾ ਇਹਦਾ ਟ੍ਰੀਟਮੈਂਟ ਹੋਣਾ ਸੀ 7,000 ਰੁਪਏ ਦਾ, ਅਤੇ ਉਹਨੇ ਸਿਰਫ ਕੁਛ 500 ਦੀ ਮੈਡੀਸਨ ਦਿੱਤੀ, 500 ਰੁਪਏ ਦੀ। ਅਤੇ ਅਸੀਂ ਬਸ ਉਹ ਲਗਾਤਾਰ ਖਾਂਦੇ ਰਹੇ, ਅਤੇ ਕੋਈ ਇੰਨੀ ਖਾਸ ਤਰੀਕੇ ਨਾਲ ਮੈਡੀਸਨ ਨਹੀਂ ਖਾਧੀ। ਸਭ ਤੋਂ ਮੈਡੀਸਨ ਖਾਸ ਜਿਹੜੀ ਸੀ ਉਹ ਪ੍ਰੇਅਰ ਕੀਤੀ, ਲਗਾਤਾਰ ਪ੍ਰਭੂ ਦੇ ਦਾਸਾਂ ਦੇ ਕੋਲੋਂ, ਵੱਡੇ ਦਾਸਾਂ ਕੋਲ, ਛੋਟੇ ਦਾਸਾਂ ਕੋਲ, ਪ੍ਰਭੂ ਦੀ ਦਾਸੀ ਕੋਲ ਪ੍ਰੇਅਰ ਕਰਵਾਈ। ਅਤੇ ਪ੍ਰਭੂ ਜੀ ਨੇ ਸ਼ੁਕੇ ਕਾਮਿਲ ਸ਼ਿਫਾ ਦਿੱਤੀ। ਅਤੇ ਹੁਣ ਪ੍ਰਭੂ ਨੇ ਇਸ ਤਰ੍ਹਾਂ ਸੁਧਾਰ ਦਿੱਤਾ ਕਿ ਜਦੋਂ ਪਰੇਸ਼ਾਨ ਕਰਦਾ ਹੁੰਦਾ ਸੀ ਤਾਂ ਮੇਰਾ ਮਨ ਬਹੁਤ ਦੁਖੀ ਹੁੰਦਾ ਸੀ ਕਿ ਪ੍ਰਭੂ ਜੀ ਪ੍ਰਾਰਥਨਾ ਨਹੀਂ ਕਰਦਾ, ਤੁਹਾਡਾ ਬੱਚਾ ਆ, ਤੁਸੀਂ ਇਹਨੂੰ ਮਤਲਬ ਜ਼ਿੰਦਗੀ ਦਿੱਤੀ ਹੈ ਕਿ ਤੁਹਾਡੇ ਕੰਮ ਕਰੇ, ਲੇਕਿਨ ਇਹ ਪ੍ਰੇਅਰ ਨਹੀਂ ਕਰਦਾ, ਬਾਈਬਲ ਨਹੀਂ ਪੜ੍ਹਦਾ। ਅਤੇ ਮੈਂ ਪ੍ਰਭੂ ਦੇ ਦਾਸਾਂ ਨੂੰ ਵੀ ਦੱਸਣਾ ਅਤੇ ਪ੍ਰਭੂ ਦੇ ਦਾਸਾਂ ਨੇ ਪ੍ਰੇਅਰ ਕਰਨੀ। ਹੁਣ ਇੰਨਾ ਕੁ ਸੁਧਰ ਚੁੱਕਿਆ ਵਾ ਕਿ ਰਾਤ ਮੰਮੀ ਸੁੱਤੀ ਹੋਈ ਤਾਂ ਉਹਨਾਂ ਨੂੰ ਉਠਾ ਕੇ ਕਹਿਣਾ ਕਿ ਮੈਨੂੰ 51 ਜ਼ਬੂਰ ਕਰਨਵੇਂ ਜ਼ਰੂਰ ਪੜ੍ਹਾਓ, ਮੇਰੇ ਵਾਸਤੇ ਪ੍ਰੇਅਰ, ਮੇਰੇ ਨਾਲ ਪ੍ਰੇਅਰ ਕਰੋ, ਮੇਰੇ ਵਾਸਤੇ ਪ੍ਰੇਅਰ ਕਰੋ। ਅਤੇ ਹੁਣ ਖੁਦ ਮੇਰੇ ਨਾਲੋਂ ਵੀ ਜ਼ਿਆਦਾ ਪ੍ਰੇਅਰ ਕਰਦਾ ਵਾ, ਅਤੇ ਜੋ ਇਹਨੇ ਨੇਮ ਛੱਡੇ ਸੀ ਉਹ ਵੀ ਕਰਦਾ। ਕੱਲ੍ਹ ਉਪਵਾਸ ਵੀ ਕੀਤਾ, ਫਸਟ ਟਾਈਮ ਪਹਿਲੀ ਵਾਰੀ ਨੇ ਵਰਤ ਰੱਖਿਆ ਹੈ। ਅਤੇ ਇਸ ਵਾਸਤੇ ਮੈਂ ਪ੍ਰਭੂ ਦਾ ਧੰਨਵਾਦ ਕਰਦੀ ਹਾਂ ਕਿ ਲਗਾਤਾਰ ਬਹੁਤ ਹੀ ਜ਼ਿਆਦਾ ਪ੍ਰੇਅਰ ਕਰ ਰਿਹਾ, ਅਤੇ ਮੈਂ ਪ੍ਰਭੂ ਦਾ ਥੈਂਕਸ ਕਰਦੀ ਹਾਂ ਕਿ ਪ੍ਰਭੂ ਇੱਦਾਂ ਹੀ ਤੁਹਾਡੀ ਕਿਰਪਾ ਦੇ ਨਾਲ ਬਣਿਆ ਰਹੇ। ਔਰ ਮੈਂ ਪ੍ਰਭੂ ਦੇ ਦਾਸਾਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਸਾਡੇ ਵਾਸਤੇ ਪ੍ਰੇਅਰ ਕੀਤੀ, ਸਾਡੇ ਘਰ ਦੇ ਵਾਸਤੇ ਪ੍ਰੇਅਰ ਕੀਤੀ। ਸਾਡੇ ਘਰ ਦੇ ਵਿੱਚ ਬਹੁਤ ਸਾਰੀ ਪ੍ਰੋਬਲਮ ਸੀ ਜਦੋਂ ਅਸੀਂ ਬਿਲਕੁਲ ਛੋਟੇ ਸੀ, ਅਤੇ ਮੰਮਾ ਪਾਪਾ ਦੇ ਵਿੱਚ ਬਹੁਤ ਜ਼ਿਆਦਾ ਝਗੜਾ ਹੁੰਦਾ ਸੀ, ਦੁਸ਼ਟ ਆਤਮਾ ਦਾ ਬਹੁਤ ਜ਼ਿਆਦਾ ਜ਼ੋਰ ਸੀ, ਉਹ ਲੜ ਕੇ ਨਾਨਕੇ ਚਲ ਜਾਣਾ ਮੇਰੀ ਜਾਂ ਕਿਤੇ ਨਾ ਕਿਤੇ, ਬਸ ਸਭ ਤੋਂ ਪਹਿਲਾਂ ਇਹ ਦੱਸੋ ਕਿ ਜਦੋਂ ਤੁਸੀਂ ਡਾਕਟਰ ਨੂੰ ਜਾ ਕੇ ਦੁਬਾਰਾ ਟੈਸਟ ਕਰਾਏ ਆ, ਤਾਂ ਡਾਕਟਰ ਕਿੱਦਾਂ ਹੈਰਾਨ ਹੋਏ? ਡਾਕਟਰ ਬਹੁਤ ਜ਼ਿਆਦਾ ਹੈਰਾਨ ਹੋ ਗਏ। ਡਾਕਟਰ ਬਾਰ ਬਾਰ ਇਹਨਾਂ ਨੂੰ ਮੰਮੀ ਨੂੰ ਕਹੀ ਜਾਵੇ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ, ਕਿ ਇੰਨੀ ਵੱਡੀ ਪ੍ਰੋਬਲਮ ਜੋ ਕਿ ਮੈਂ ਤੁਹਾਨੂੰ ਦੱਸੀ ਨਹੀਂ। ਕਿੰਨੇ ਦਿਨਾਂ 'ਚ ਕਵਰ ਹੋਈ? 5 ਦਿਨਾਂ ਦੇ ਵਿੱਚ ਕਵਰ ਹੋ ਗਈ। ਕਿੰਨੇ ਲੋਕ ਸੁਣਦੇ ਆ? ਕਰੋਨਾ ਦੀ ਪ੍ਰੋਬਲਮ ਐਡੀ ਵੱਡੀ, 75,000 ਰੁਪਇਆ ਉਹਦਾ ਲੱਗਣਾ ਸੀ ਪਰ 500 ਰੁਪਏ ਤੋਂ ਫ੍ਰੀ। ਔਰ ਕਿੰਨੇ ਦਿਨ 'ਚ ਠੀਕ ਹੋਈ? ਸਿਰਫ ਕਿੰਨੇ ਦਿਨਾਂ ਵਿੱਚ? 5 ਦਿਨ ਦੇ ਵਿੱਚ। 5 ਦਿਨਾਂ ਦੇ ਵਿੱਚ ਤੋਂ ਡਾਕਟਰ ਹੈਰਾਨ ਹੋ ਗਿਆ ਵੀ ਐਡੀ ਛੇਤੀ ਤੁਹਾਡੀ ਬਿਮਾਰੀ ਕਵਰ ਕਿੱਦਾਂ ਹੋ ਗਈ ਆ, ਕਿਉਂਕਿ ਲਗਾਤਾਰ ਜਦੋਂ ਮੰਮੀ ਦੀ ਨਾਈਟ ਪ੍ਰੇਅਰ ਤੇ ਉਹਨਾਂ ਦੀ ਮੰਮੀ ਦਾ ਫੋਨ ਆਉਂਦਾ ਸੀ ਮੈਨੂੰ ਰੋਜ਼ ਮੇਰੇ ਬੇਟੇ ਲਈ ਪ੍ਰੇਅਰ ਕਰੋ। ਮੈਂ ਕਿਹਾ ਠੀਕ ਹੈ ਮੈਡਮ, ਮੈਂ ਪ੍ਰੇਅਰ ਦਿਆਂ। ਕਿੱਥੇ ਮੰਮੀ ਆਈ ਦੀ ਜਗ੍ਹਾ ਦੀ? ਅੱਛਾ, ਉਹ ਨਹੀਂ ਆਈ। ਪ੍ਰਭੂ ਨੇ ਦਾਸ ਵੇਖੋ ਹਰ ਵਕਤ ਜਾਗਦੇ ਨੇ, ਹਰ ਇੱਕ ਲਈ ਪ੍ਰੇਅਰ ਕਰਦੇ ਆ, ਬਾਕੀ ਜਿਹੜੀਆਂ ਤੁਸੀਂ ਪ੍ਰੇਅਰਾਂ ਕਰਨੀਆਂ ਉਹਦਾ ਉੱਤਰ ਤੁਹਾਨੂੰ ਮਿਲੇਗਾ। ਔਰ ਇਹ ਬੱਚੇ ਨੂੰ ਪ੍ਰੋਬਲਮ ਤੋਂ ਖੁਦਾ ਨੇ ਆਜ਼ਾਦ ਕੀਤਾ, ਕਿਉਂਕਿ ਉਹ ਆਪਣਾ ਬਚਨ ਭੇਜ ਕੇ ਤੇ ਕੀ ਕਰਦਾ, ਡਾਕਟਰ ਜੋ ਮਰਜ਼ੀ ਕਵੇ ਪਰ ਪ੍ਰਭੂ ਬੜਾ ਮਹਾਨ ਆ। ਕਰੋਨਾ ਦੀ ਪ੍ਰੋਬਲਮ ਸਿਰਫ ਉਹਨਾਂ ਲੋਕਾਂ ਲਈ ਜਿਹੜੇ ਲੋਕ ਬਾਈਬਲ ਨਹੀਂ ਪੜ੍ਹਦੇ, ਜਿਹੜੇ ਪ੍ਰੇਅਰ ਨਹੀਂ ਕਰਦੇ, ਜਿਹੜੇ ਰੋਜ਼ੇ ਨਹੀਂ ਰੱਖਦੇ, ਜਿਹੜੇ ਸੰਗਤੀ ਨਹੀਂ ਕਰਦੇ, ਉਹਨਾਂ ਲਈ ਕਰੋਨਾ ਜੀ। ਸਾਰੇ ਵੱਲੋਂ ਉਹਨਾਂ ਲਈ ਕਰੋਨਾ ਵਾ, ਸਾਰੇ ਵੱਲੋਂ ਉੱਚੀ ਬੋਲੋ। ਜਿਹੜਾ ਪ੍ਰੇਅਰ ਕਰਦਾ, ਜਿਹੜਾ ਚਰਚ ਆਉਂਦਾ, ਜਿਹੜਾ ਦਾਨ ਦਿੰਦਾ, ਜਿਹੜਾ ਦਾਸ ਦੀ ਗੱਲ ਮੰਨਦਾ, ਜਿਹੜਾ 12 ਤੋਂ 2 ਚ ਜਾਗਦਾ, ਉਹਨਾਂ ਵਾਸਤੇ ਕੋਈ ਵੀ ਕਰੋਨਾ ਕੀ ਆ? ਹੁਣ ਦੱਸੋ ਕਿਹਦੇ ਵਾਸਤੇ? ਫਿਰ ਬੋਲੋ, ਜਿਹੜਾ ਪ੍ਰੇਅਰ ਨਹੀਂ ਕਰਦਾ, ਅਗਲੇ 2 ਸਾਲੇ ਤੋਂ ਵੀ ਜ਼ਿਆਦਾ ਖਤਰਨਾਕ ਆ।
अगे प्रॉब्लम फिर बड़ी आ उन्होंने प्रॉब्लम च असं भी जी रहे हैं पर एक ही कारण क्योंकि अपना वाचा जरा प्रभु नाल की करते हैं और इस सिस्टम की गवाही तो देख के सीखा कि प्रभु वो कर सकता जो ये सोच नहीं सकते हर संडे आप करोना दवाइया सुनते हैं तो भी सू यकीन नहीं प्रभु ने वे काम की आ हाँ जी हाँ जी और मैं मम्मा नूं कहा कि मम्मी मैं हज़ारों लोगों के बाहर रहनी हाँ जो ड्यूटी पर जाने तो सानू तो कोई करोना नहीं होया पर इनू घर बैठे बैठे नूं करोना किदा हो गया वो करोना नहीं वो प्रभु की सज़ा सी कि इन्हें नींद तोड़ दिते सी इन्हें प्रार्थना करनी बंद कर दी माता पिता का आज्ञाकार सी जिहड़ा वो बस मतलब इन्हें बंद हो गया कि अपन मर्जियां करनिया पंजवें हुक्म दे विच लिखा हैगा कि अपने माता पिता का आदर कर धरती ते तेरी उम्र लंबी होएगी तो कल परसों प्रभु के दास प्रेम करने वास्ते गए तो प्रभु के आत्मा ने बोलिया कि माइंड के विच चलता है कि मैं मर जाना वा तो जे असीं माता पिता का आदर करने तो फिर ही धरती ते साडी उम्र लंबी होंगी है ये पंजवां हुक्म आ और प्रभु के दासां ने जदों भी फोन करना रात अपने 2 बजे कर देना 3 बजे कर देना उस वक्त प्रार्थना करनी प्रेयर करनी 51 जबूर की प्रभु की दासी ने करनी तो मैं प्रभु जी का धन्यवाद करती हाँ कि जो साढ़े दासों अच्छी रीति दे नाल इस्तेमाल कर रहे हैं डबल मसा दिता है और मेरा सारे में यही मैसेज आ कि प्रभु सब कुछ कर दी सामर्थ रख दी अपन मुश्किलों वेख के गिर नहीं जाना अपने विश्वास तो दुखी नहीं हो जाना प्रभु छड़न का सोचना कि प्रभु जो तुम साढ़े काम नहीं करते तो असं तुम छड़ देना यहोजा कुछ नहीं सोचना प्रभु महान प्रभु सब कुछ कर दी सामर्थ रख दिया उन्होंने सानू जीवन दिता है और सानू प्यार करते हैं तो सारे जैन सिंह दी प्रभु के दासों जैन सिंह दी आई कलीसिया जैन सिंह दी हाली लुईया प्रभु का आत्मा मेरे गल कर रहे बोल सारे लोग कि जेडे दुष्ट नूं मनदे प्रॉब्लम उन्हां नूं नहीं आ तो जेडे प्रभु नूं मनदे प्रभु नूं कहेगा अगले साल च उन्हां दी डबल तरक्की होने वास्ते जा रही है डबल तरक्की और डबल हर एक चीज मिलेगी प्रभु नूं कहेगा सिर्फ एक प्रॉब्लम ये प्रॉब्लम किन्ना नहीं आ जेडे लोग प्रभु दे विच नहीं आ ताडे रिश्तेदार उन्हां नूं छूओ प्रभु दे बंदे हो तुसीं वी कदा जाओ जे बचना नहीं तां अगले साल जेडे मसीह च आ ओह डबल ब्लेस आ जेडे प्रभु च नहीं आ ओह डबल प्रॉब्लम दे विच आ समझ लगी कि नहीं लगी इहनूं याद रखियो हाँ जी हाँ जी और मेरी एक लास्ट जी सब तो वड्डी साडे जीवन दे विच गुड न्यूज़ है मेरी पूरी फैमिली दी कि असी जीवत परमेश्वर की उपासना करते हैं जिहड़ा सब कुछ करने की सामर्थ रखता और सारिया शक्तियां का मालिक है हालेलुया 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 ताजी गुरु साहब जोर दे नाल हां प्रभु आत्मा की जो आवाज जो कह रहे मैं की बोलिया हो गया ना वो कहते पुरानी लवा के देनी पर प्रभु ने कहा नवी की नवी लगी ना क्योंकि प्रभु का आत्मा उससे वक्त दस दिता होना की आ बचना कि नहीं बचना ठीक है जी गॉड ब्लेस यू प्रभु तुम बधाई जाए इदा ही तारीफ करो प्रभु की चली बरकत करो।